ਖਿਦਮਤ ਦੀ ਵਜ੍ਹਾ ਨਾਲ ਆਹ ਇਲਾਕਾ ਮਹਿਸੂਸ ਹੋ ਗਿਆ ਤੇ ਅਸੀਂ ਇਨਸ਼ਾਅੱਲਾ ਅੱਗੇ ਵੀ ਤਕਰੀਬਨ 1990-92 ਤੋਂ ਮੈਂ ਇਸ ਮਹੱਲੇ ਜਾ ਰਿਹਾ ਕਿ ਬੰਦੇ ਨਾਲ ਵੱਡੇ ਨਾਲ ਛੋਟੇ ਨਾਲ ਮੇਰਾ ਤਲਕ ਹੈ ਤੇ ਅਖਲਾਕ ਸਭ ਤੋਂ ਵੱਡੀ ਐਸੀ ਚੀਜ਼ ਹੈ ਤੁਹਾਡੇ ਕੋਲ ਜਿਹੜੀ ਅੱਲਾਹ ਪਾਕ ਨੇ ਦਿੱਤੀ ਹੈ ਕਿ ਅਗਰ ਅਖਲਾਕ ਇੱਜ਼ਤ ਇਤਰਾਮ ਨਾਲ ਕਿਸੇ ਨਾਲ ਗੱਲ ਕਰੋਗੇ ਤਾਂ ਲੋਕ ਤੁਹਾਡੇ ਮਗਰ ਮਗਰ ਹੋਣਗੇ। ਅੱਜ ਵੇਖ ਲਓ ਕਿ ਉਮੈਰ ਉਮਰ ਵਕੀਲ ਬਣ ਕੇ ਆਇਆ, ਉਹਨੇ ਜਦੋਂ ਜੋਰ ਕੀਤੀ ਪਹਿਲੇ ਅੱਲਾਹ ਦਾ ਘਰ ਚਲਾਇਆ, ਹੁਣ ਇਸ ਟਾਈਮ ਇਹਨਾਂ ਦੁਨੀਆਂ ਦਾ ਜਿਹੜਾ ਚਲੋ ਕੁਛ ਨਾ ਕੁਛ ਮਿੰਟ ਕੱਟਦਾ ਹੀ ਹੈ ਨਾ, 10,000 ਦਾ ਵੀ ਕਿਸੇ ਦਾ ਫਾਇਦਾ ਹੋ ਜਾਵੇ, ਅੱਜ 100 ਰੁਪਈਆ ਨਹੀਂ ਮੰਗਣਾ ਕਿਸੇ ਨੂੰ ਦਿੰਦਾ। ਅੱਲਾਹ ਪਾਕ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਰਕਤ ਪਾਵੇ ਤੇ ਸਾਰੇ ਜਿਹੜੇ ਲੋਕ ਪਿੱਛੇ ਬੈਠੇ ਆ ਐਡੇ ਐਡੇ ਵੱਡੇ ਬੰਦੇ, ਅੱਲਾਹ ਪਾਕ ਨੇ ਇਹਨਾਂ ਨੂੰ ਬੜਾ ਇਲਮ ਦਿੱਤਾ ਹੈ, ਇਹਨਾਂ ਦੀ ਵਜ੍ਹਾ ਨਾਲ ਸਾਡੀਆਂ ਕਚਹਿਰੀਆਂ ਅਦਾਲਤਾਂ ਦੇ ਵਿੱਚ ਇਨਸਾਫ ਹੁੰਦੇ ਆ। ਇਹ ਸਾਰੇ ਲੋਕ ਇਹਨਾਂ ਦੇ ਨਾਲ ਹੈ, ਅਸੀਂ ਨਾਲ ਹੈ, ਇੰਨੇ ਬੰਦੇ ਤਾਮਨ ਕਰਨਗੇ ਇਨਸ਼ਾ ਅੱਲਾਹ ਤਾਲਾ ਹੋਰ ਵੀ ਕਾਫੀ ਕੁਛ ਹੋ ਸਕਦਾ ਤੇ ਸਾਰੇ ਜਿਹੜੇ ਇਹਨਾਂ ਵਾਸਤੇ ਦੁਆ ਮੰਗੋ ਕਿ ਅੱਲਾਹ ਪਾਕ ਇਹਨਾਂ ਨੂੰ ਹੋਰ ਤਰੱਕੀ ਦੇ। ਆਮੀਨ।